ਸਾਡੇ ਨਾਲ ਨੇ ਬਿਊਟੀ ਐਕਸਪਰਟ ਇੰਦਰਾ ਆਲੂਵਾਲੀਆ ਜੀ ਜਿਨ੍ਹਾਂ ਦਾ ਅਸੀਂ ਸਵਾਗਤ ਕਰਦੇ ਹਾਂ। ਇੰਦਰਾ ਜੀ, ਮੌਸਮ ਬਦਲਦੇ ਰਹਿੰਦੇ ਨੇ, ਬਦਲਦੇ ਮੌਸਮ ਦੇ ਹਿਸਾਬ ਦੇ ਨਾਲ ਸਾਡੀ ਸਕਿਨ ਵੀ ਉਸੇ ਤਰ੍ਹਾਂ ਚੇਂਜ ਹੁੰਦੀ ਰਹਿੰਦੀ ਹੈ। ਸਾਨੂੰ ਦੱਸੋ ਵੀ ਸਾਨੂੰ ਆਪਣੀ ਸਕਿਨ ਵਾਸਤੇ, ਉਹਦੀ ਦੇਖਭਾਲ ਵਾਸਤੇ ਕੋਈ ਹੋਮਮੇਡ ਫੇਸ਼ੀਅਲ ਦਾ ਇਸਤੇਮਾਲ ਕਰਨਾ ਚਾਹੀਦਾ ਜੋ ਉਹਦਾ ਗਲੋ ਬਰਕਰਾਰ ਰਹੇ ਅਤੇ ਸਕਿਨ ਪ੍ਰੋਪਰ ਰਹੇ, ਮਤਲਬ ਨੈਚੁਰਲ ਉਹਦੇ 'ਚ ਗਲੋ ਰਹੇ। ਹਾਂਜੀ, ਜ਼ਰੂਰ। ਜਿਸ ਤਰ੍ਹਾਂ ਤੁਹਾਡੀ ਸਕਿਨ ਜ਼ਿਆਦਾ ਓਇਲੀ ਹੋ ਜਾਂਦੀ ਹੈ ਗਰਮੀਆਂ ਦੇ ਵਿੱਚ, ਜਿੱਥੇ ਓਇਲੀ ਰਹੇਗੀ ਤਾਂ ਤੁਹਾਡਾ ਸਕਿਨ ਦਾ ਕੰਪਲੈਕਸ਼ਨ ਵੀ ਡਾਰਕ ਲੱਗੇਗਾ ਔਰ ਡਸਟ ਨਾਲ ਚਿਪਕੇਗੀ ਅਤੇ ਨਾਲ ਤੁਹਾਡੀ ਪਿੰਪਲਸ ਔਰ ਇਰਪਸ਼ਨਸ ਹੋਣਗੀਆਂ ਤੁਹਾਡੀ ਸਕਿਨ ਦੇ ਉੱਤੇ। ਅਤੇ ਇਹਨਾਂ ਨੂੰ ਕਰਨ ਵਾਸਤੇ ਸਭ ਤੋਂ ਪਹਿਲੀ ਗੱਲ ਹੈ ਕਿ ਇਹਨੂੰ ਬਿਲਕੁਲ ਕਲੀਨ ਕਰਨਾ ਚਾਹੀਦਾ ਜੀ। ਤੁਹਾਡੀ ਆਪਣੀ ਜਿੰਨੀ ਸਾਫ਼ ਰਹੇਗੀ, ਮਿੱਟੀ ਨਹੀਂ ਚਿਪਕੇਗੀ, ਤੁਹਾਡੀ ਸਕਿਨ 'ਤੇ ਪਿੰਪਲਸ ਨਹੀਂ ਆਉਣਗੇ, ਉਹਨੂੰ ਸਾਫ਼ ਕਰਨ ਵਾਸਤੇ ਸਾਨੂੰ ਅੱਛੇ ਕਲੈਂਜ਼ਰ ਯੂਜ਼ ਕਰਨੇ ਚਾਹੀਦੇ ਨੇ, ਜਿਹਦੇ ਨਾਲ ਤੁਹਾਡੀ ਸਕਿਨ ਪੂਰੀ ਕਲੀਅਰ ਹੋਏ। ਉਹਨਾਂ ਕਲੈਂਜ਼ਰਸ ਦੇ ਵਿੱਚ ਜਿਸ ਤਰ੍ਹਾਂ ਦੇ ਲੋਸ਼ਨਸ ਨੇ, ਜਾਂ ਤੁਸੀਂ ਮਾਰਕੀਟ 'ਚ ਦੇਖਿਆ ਹੋਣਾ, ਅੱਜ ਕੱਲ੍ਹ ਹਰ ਵਰਡ ਦੇ ਨਾਲ ਜ਼ੀਮਾ ਲੱਗਿਆ ਹੁੰਦਾ ਹੈ ਕਲੈਂਜ਼ਰ ਦੇ ਨਾਲ, ਕਲੈਂਜ਼ੀਮਾ, ਸ਼ਾਜ਼ੀਮਾ, ਇਹ ਕਿੰਨੇ ਆਉਂਦੇ ਨੇ, ਨੌਕਜ਼ੀਮਾ, ਇਹ ਜਿਨ੍ਹਾਂ ਦੇ ਨਾਲ ਜ਼ੀਮਾ ਲੱਗ ਜਾਂਦਾ, ਇਹ ਓਇਲੀ ਸਕਿਨ ਵਾਸਤੇ ਜ਼ਿਆਦਾ ਅੱਛੇ ਹੁੰਦੇ ਨੇ ਔਰ ਤੁਹਾਡੀ ਸਕਿਨ ਦੇ ਓਇਲ ਨੂੰ ਕੰਟਰੋਲ ਕਰਦੇ ਨੇ। ਔਰ ਉਸ ਤੋਂ ਬਾਅਦ ਤੁਹਾਨੂੰ ਚਾਹੀਦਾ ਇਸ ਦੇ ਬਾਅਦ ਨਾਲ ਐਸਟ੍ਰਿੰਜੈਂਟ ਯੂਜ਼ ਕਰਨਾ। ਐਸਟ੍ਰਿੰਜੈਂਟ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਬਹੁਤ ਜ਼ਿਆਦਾ ਟਾਈਮ ਨੌਕਜ਼ੀਮਾ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹੋ। ਤੁਸੀਂ ਬੜੇ ਆਰਾਮ ਨਾਲ ਆਪਣੇ ਪਰਸ ਦੇ ਵਿੱਚ ਐਸਟ੍ਰਿੰਜੈਂਟ ਕੋਟਨ ਨੂੰ ਗਿੱਲਾ ਕਰਕੇ ਆਪਣੇ ਨਾਲ ਏਅਰ ਟਾਈਟ ਡਿੱਬੀ ਦੇ ਵਿੱਚ ਪਰਸ ਵਿੱਚ ਕੈਰੀ ਕਰ ਸਕਦੇ ਹੋ। ਉਹਨਾਂ ਨੂੰ ਹਰ ਅੱਧੇ ਘੰਟੇ ਘੰਟੇ ਬਾਅਦ ਛੋਟੀ ਜਿਹੀ ਉਹਦੀ ਕੋਟਨ ਦੀ ਤੁਸੀਂ ਇੱਕ ਟੁਕੜਾ ਲੈ ਕੇ ਉਹਨੂੰ ਕਲੀਨ ਕਰਕੇ ਉਹਨੂੰ ਸੁੱਟ ਸਕਦੇ ਹੋ, ਅਤੇ ਉਹਦੇ ਨਾਲ ਤੁਹਾਡੀ ਸਕਿਨ ਜਿੰਨੀ ਨੀਟ ਰਹੇਗੀ ਉਨੀ ਤੁਹਾਡੀ ਜ਼ਿਆਦਾ ਹੈਲਦੀ ਰਹੇਗੀ। ਇਹ ਤਾਂ ਸੀ ਇੰਦਰਾ ਜੀ ਹਾਊ ਟੂ ਯੂ ਨੋ ਟੇਕ ਕੇਅਰ ਆਫ ਦ ਸਕਿਨ, ਵੀ ਤੁਹਾਡੀ ਸਕਿਨ ਓਇਲੀ ਨਾ ਹੋਵੇ, ਰਪਸ਼ਨਸ ਨਾ ਹੋਣ। ਕੋਈ ਇਹੋ ਜਿਹੇ ਹੋਮਮੇਡ ਫੇਸ਼ੀਅਲਸ ਜੋ ਤੁਸੀਂ ਸਾਨੂੰ ਦੱਸ ਸਕੋ ਜਿਨ੍ਹਾਂ ਨੂੰ ਅਪਲਾਈ ਕਰਕੇ ਅਸੀਂ ਕੋਈ ਕਿਸੇ ਟਾਈਪ ਦੀ ਟੈਨਿੰਗ ਉਤਾਰ ਸਕੀਏ ਜਾਂ ਗਲੋ ਬਰਕਰਾਰ ਰੱਖ ਸਕੀਏ ਆਪਣੀ ਸਕਿਨ ਦਾ? ਹਾਂਜੀ, ਜਿਹੜੀ ਓਇਲੀ ਸਕਿਨ ਹੁੰਦੀ ਹੈ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਤੁਹਾਨੂੰ ਕਰੀਮਸ ਦੀ ਜ਼ਰੂਰਤ ਨਹੀਂ ਪੈਂਦੀ। ਕਈ ਤਰ੍ਹਾਂ ਦੀਆਂ ਜੈਲਸ ਮਾਰਕੀਟ 'ਚ ਮਿਲ ਜਾਂਦੀਆਂ, ਮਿੰਟ ਜੈਲਸ ਹੈ, ਕੋਲੈਜਨ ਜੈਲ ਹੈ, ਜਿਹੜੀ ਹੈ ਕਿ ਤੁਹਾਡੇ ਸਕਿਨ ਦਾ ਜਿਹੜੀ ਪਾਣੀ ਨੂੰ ਉਹਨੂੰ ਬਰਕਰਾਰ ਰੱਖਦੀਆਂ ਔਰ ਉਹ ਤੁਸੀਂ ਲਗਾਓ ਉਹਦੇ ਨਾਲ ਮਸਾਜ ਕਰਕੇ। ਐਂਡ ਓਇਲੀ ਸਕਿਨ ਨੂੰ ਧਿਆਨ ਦੇਣਾ ਚਾਹੀਦਾ ਕਿ ਬਹੁਤ ਜ਼ਿਆਦਾ ਸਟੀਮ ਨਹੀਂ ਦੇਣੀ ਚਾਹੀਦੀ, ਮਾਈਲਡ ਸਟੀਮ ਦੇਣੀ ਚਾਹੀਦੀ ਹੈ। ਐਂਡ ਮਾਈਲਡ ਸਟੀਮ ਸ਼ੁੱਡ ਬੀ ਫੋਲੋਡ ਬਾਏ ਕੋਲਡ ਸਟੀਮ ਜਾਂ ਠੰਡਾ ਬਰਫ਼ ਦੇ ਪਾਣੀ ਨਾਲ ਟੋਵਲ ਲੈ ਕੇ ਤੁਸੀਂ ਉਹਦੇ ਨਾਲ ਉਹਨੂੰ ਕਰ ਸਕਦੇ ਹੋ। ਉਹਦੇ ਕਰਨ ਤੋਂ ਬਾਅਦ ਤੁਸੀਂ ਆਪਣੇ ਜਿਵੇਂ ਫ੍ਰੀਜ਼ਰ ਦੇ ਵਿੱਚ ਅੱਜ ਕੱਲ੍ਹ ਤਰਬੂਜ਼ ਜਿਵੇਂ ਹੈ, ਵਾਟਰਮੈਲਨ ਅੱਜ ਬੜਾ ਮਿਲ ਜਾਂਦਾ, ਉਸਦਾ ਵਾਟਰਮੈਲਨ ਨੂੰ ਤੁਸੀਂ ਕੱਟਦੇ ਹੋ ਅਤੇ ਜਿਹੜਾ ਪਾਣੀ ਨਿਕਲਦਾ ਉਹਨੂੰ ਤੁਸੀਂ ਆਈਸ ਕਿਊਬਸ ਆਪਣੇ ਫਰਿੱਜ 'ਚ ਜਮਾ ਲਓ ਔਰ ਉਸ ਤੋਂ ਬਾਅਦ ਆਪਣੇ ਸਕਿਨ ਦੇ ਉੱਤੇ ਉਹਨੂੰ ਫੇਰੋ। ਉਹ ਬਹੁਤ ਜ਼ਿਆਦਾ ਅੱਛਾ ਤੁਹਾਡਾ ਇਫੈਕਟ ਹੋਏਗਾ, ਸਕਿਨ ਬੜੀ ਫਲੋਲੈਸ ਉਹਦੇ ਨਾਲ ਹੋ ਜਾਂਦੀ ਹੈ। ਅਤੇ ਬਾਕੀ ਜਿਹੜੇ ਪੈਕਸ ਨੇ ਜਿਹੜੇ ਤੁਸੀਂ ਓਇਲੀ ਸਕਿਨ ਦੇ ਉੱਤੇ ਲਗਾ ਸਕਦੇ ਹੋ, ਜਿਸ ਤਰ੍ਹਾਂ ਪਾਰਸਲੇ, ਅੱਛਾ ਇਸ ਤਰ੍ਹਾਂ ਹੈਗਾ, ਜਿੰਨੀਆਂ ਵੀ ਚੀਜ਼ਾਂ ਨੇ, ਲੈਮਨ, ਪਾਰਸਲੇ, ਐਗ ਵਾਈਟ, ਕਰਡ, ਖੱਟੀ ਕਰਡ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਸਕਿਨ ਵਾਸਤੇ, ਓਇਲੀ ਸਕਿਨ ਵਾਸਤੇ ਅੱਛੀਆਂ ਨੇ। ਇਹਨਾਂ ਨੂੰ ਮਿਲਾ ਕੇ ਤੁਸੀਂ ਆਪਣੇ ਫੇਸ 'ਤੇ ਪੈਕ ਵੀ ਲਗਾ ਸਕਦੇ ਹੋ ਔਰ ਉਹਨੂੰ ਪੈਕ ਲਗਾ ਕੇ ਤੁਸੀਂ 10-15 ਮਿੰਟ ਰੱਖ ਕੇ ਅਤੇ ਉਹਦੇ ਉੱਤੇ ਫਿਰ ਅਗੇਨ ਕੋਲਡ ਸਟੀਮ ਦੇ ਕੇ ਜੀ ਉਹਨੂੰ ਮਤਲਬ ਤੁਸੀਂ ਆਪਣੇ ਘਰ ਦੇ ਵਿੱਚ ਆਮ ਆਰਾਮ ਨਾਲ ਘਰ ਵਿੱਚ ਕਰ ਸਕਦੇ ਹੋ। ਪਰ ਕਈ ਵਾਰ ਮਾਰਕੀਟ ਵਿੱਚ ਵੀ ਅੱਜ ਕੱਲ੍ਹ ਮਾਰਕੀਟ ਇਜ਼ ਫਲੱਡਡ ਵਿਦ ਦ ਗੁੱਡ ਪ੍ਰੋਡਕਟ, ਜਿੰਨੇ ਵੀ ਤੁਸੀਂ ਦੇਖੋਗੇ ਜਿਹਦੇ ਉੱਤੇ ਲਿਖਿਆ ਹੋਵੇ ਕਲੇ ਮਾਸਕ ਜਾਂ ਜਿਹਦੇ ਉੱਤੇ ਲਿਖਿਆ ਹੋਵੇ ਮੱਡ ਮਾਸਕ, ਇਹ ਜਿੰਨੇ ਵੀ ਮਾਸਕ ਹੁੰਦੇ ਨੇ ਇਹ ਓਇਲੀ ਸਕਿਨ ਵਾਸਤੇ ਅੱਛੇ ਹੁੰਦੇ ਨੇ। ਇੰਦਰਾ ਜੀ, ਤਾਂ ਤੁਸੀਂ ਦੱਸਿਆ ਵੀ ਤਰਬੂਜ਼ ਦੇ ਪਾਣੀ ਨੂੰ ਤੁਸੀਂ ਸਕਿਨ 'ਤੇ ਲਾਓ ਅਤੇ ਤੁਹਾਡੀ ਸਕਿਨ ਨੂੰ ਬਹੁਤ ਸੂਦਿੰਗ ਇਫੈਕਟ ਮਿਲਦਾ ਅਤੇ ਸਕਿਨ 'ਤੇ ਗਲੋ ਆਉਂਦਾ। ਇਸ ਤੋਂ ਇਲਾਵਾ ਤੁਸੀਂ ਦੱਸਿਆ ਵੀ ਜਿਸ ਤਰ੍ਹਾਂ ਪਾਰਸਲੇ ਹੋ ਗਿਆ, ਖੱਟਾ ਦਹੀਂ ਹੋ ਗਿਆ ਜਾਂ ਨਿੰਬੂ ਹੋ ਗਿਆ, ਹੋਰ ਇਹੋ ਜਿਹੇ ਕਿਹੜੇ ਪੈਕਸ ਨੇ ਜਿਹੜੇ ਤੁਸੀਂ ਘਰ ਦੇ ਵਿੱਚ ਬਣਾ ਸਕਦੇ ਹੋ ਅਤੇ ਤੁਹਾਡੀ ਸਕਿਨ ਵਾਸਤੇ ਜਿਹੜੇ ਬਹੁਤ ਚੰਗੇ ਹੋਣ? ਅੱਛਾ, ਜਿਵੇਂ ਤੁਹਾਡਾ ਸਕਿਨ ਓਇਲੀ ਹੈ ਔਰ ਤੁਸੀਂ ਘਰ ਵਿੱਚ ਪੈਕ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੁਲਤਾਨੀ ਮਿੱਟੀ ਲੈ ਸਕਦੇ ਹੋ। ਮੁਲਤਾਨੀ ਮਿੱਟੀ ਦੇ ਵਿੱਚ ਟੋਮੈਟੋ ਜੂਸ, ਯੋਗਟ ਔਰ ਖੀਰੇ ਦਾ ਪਾਣੀ ਪਾ ਸਕਦੇ ਹੋ। ਔਰ ਅਗਰ ਥੋੜ੍ਹੇ ਪਿੰਪਲਸ ਤੁਹਾਡੇ ਨਾਲ ਹੈਗੇ ਹੈ ਤਾਂ ਤੁਸੀਂ ਪੁਦੀਨੇ ਦੇ ਪੱਤੇ, ਤੁਲਸੀ ਦੇ ਪੱਤੇ, ਨਿੰਮ ਦੇ ਪੱਤੇ, ਇਹਨਾਂ ਨੂੰ ਵੀ ਪੀਸ ਕੇ ਉਹਨਾਂ ਦੇ ਵਿੱਚ ਪਾ ਸਕਦੇ ਹੋ। ਉਹਨਾਂ ਨੂੰ ਤੁਸੀਂ ਸਾਰਾ ਮਿਲਾ ਕੇ 15-20 ਮਿੰਟ ਆਪਣੀ ਸਕਿਨ ਦੇ ਉੱਤੇ ਰੱਖੋ ਔਰ ਉਹਨੂੰ ਫਿਰ ਤੁਸੀਂ ਲਿਊ ਫੋਮ ਪਾਣੀ ਦੇ ਨਾਲ ਸਾਫ਼ ਕਰ ਦਿਓ ਐਂਡ ਉਹਨੂੰ ਫੋਲੋ ਕਰੋ, ਠੰਡੇ ਪਾਣੀ ਨਾਲ ਸਪਲੈਸ਼ ਕਰੋ ਅਤੇ ਤੁਸੀਂ ਤੁਹਾਡੀ ਸਕਿਨ ਬਹੁਤ ਰੀਜੂਵੀਨੇਟ ਹੋ ਜਾਏਗੀ, ਗਲੋ ਰੀਜੂਵੀਨੇਟ ਹੋ ਜਾਏਗੀ, ਗਲੋ ਆਏਗੀ ਔਰ ਥੋੜ੍ਹਾ ਓਇਲ ਕੰਟਰੋਲ ਹੋ ਜਾਏਗਾ। ਇੰਦਰਾ ਜੀ, ਇਹ ਵੀ ਦੇਖਿਆ ਗਿਆ ਵੀ ਕਈ ਵਾਰੀ ਗਰਮੀਆਂ ਦੇ ਵਿੱਚ ਸਕਿਨ ਡੀਹਾਈਡਰੇਟਡ ਹੋ ਜਾਂਦੀ ਹੈ, ਇਹੋ ਜਿਹੀ ਸਕਿਨ ਵਾਸਤੇ ਕਿਹੜੇ ਪੈਕਸ ਤੁਸੀਂ ਰਿਕਮੈਂਡ ਕਰਦੇ ਹੋ? ਦੇਖੋ, ਅਗਰ ਤਾਂ ਤੁਸੀਂ ਰੈਡੀਮੇਡ ਯੂਜ਼ ਕਰ ਰਹੇ ਹੋ ਤਾਂ ਹਾਈਡਰੇਟਿੰਗ ਪੈਕਸ ਜਿਹੜੇ ਸਕਿਨ ਦੇ ਉੱਤੇ ਜ਼ਿਆਦਾ ਸੁੱਕਣ ਨੇ ਉਹ ਵਾਲੇ ਯੂਜ਼ ਕਰਨੇ ਚਾਹੀਦੇ ਨੇ। ਅਗਰ ਘਰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਮਿਲਕ ਪਾਊਡਰ ਜਿਹੜਾ ਬੇਬੀਜ਼ ਨੂੰ ਅਸੀਂ ਦਿੰਦੇ ਹਾਂ ਉਹਦੇ ਵਿੱਚ ਹਨੀ ਮਿਕਸ ਕਰਕੇ
तो तुम उन्होंने लगा सकते हो, थोड़ी स्किन हाइड्रेट कर दी। ओके, मतलब स्किन जी खिचाव महसूस करते हो सॉफ्ट हनी इज हुमेंट जी, तो स्किन वाटर सप्लाई कर दी है, स्किन सॉफ्ट रखती है। इंदिरा जी थैंक यू वेरी मच, किसान इन जानकारी देने बहुत बहुत शुक्रिया। थैंक यू, इट्स माई प्लेजर।